ਗੱਲ ਤਾਂ ਅਸੀਂ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ, ਇਹ ਗੈਰ ਕਾਨੂੰਨੀ ਗੈਰ ਸੰਵਿਧਾਨਕ ਅਰੈਸਟ ਹੈ। ਜੇ ਆਪਾਂ ਇਹਦਾ ਐੱਫ ਆਈ ਆਰ ਦਾ ਵੇਰਵਾ ਦੇਖੀਏ ਤਾਂ ਇਹ 7 ਸਾਲ ਤੋਂ ਘੱਟ ਸਜ਼ਾ ਵਾਲੀ ਸੀਗੀ। ਪਹਿਲਾਂ ਉਹਨੂੰ ਨੋਟਿਸ ਦੇਣਾ ਚਾਹੀਦਾ ਸੀਗਾ, ਉਹਨਾਂ ਨਾਲ ਪੁੱਛ ਗਿੱਛ ਹੋਣੀ ਚਾਹੀਦੀ ਸੀ। ਕੋਈ ਨੋਟਿਸ ਨਹੀਂ, ਜਿੱਦਾਂ ਕੋਈ ਕ੍ਰਿਮੀਨਲ ਆਦਮੀ ਹੁੰਦਾ, ਕੋਈ ਬਦਮਾਸ਼ ਆ, ਉਹਨੂੰ ਚੱਕ ਕੇ ਘਰੋਂ ਲੈ ਕੇ ਗਏ ਨੇ, ਕੋਈ ਰਿਮਾਂਡ ਨਹੀਂ ਮੰਗਿਆ। ਜੇ ਰਿਮਾਂਡ ਨਹੀਂ ਮੰਗਣਾ ਉਹ ਤੋਂ ਰਿਕਵਰ ਕੁਛ ਨਹੀਂ ਕਰਨਾ ਸੀਗਾ, ਅਤੇ ਫਿਰ ਪੁਲਿਸ ਕਸਟਡੀ ਜੁਡੀਸ਼ਲ ਕਸਟਡੀ ਦੀ ਲੋੜ ਹੀ ਕੋਈ ਨਹੀਂ ਸੀਗੀ। ਇੱਥੋਂ ਸਾਬਤ ਹੋ ਗਿਆ ਕਿ ਇਹ ਸਰਾਸਰ ਬਦਲਾਖੋਰੀ, ਤਾਨਾਸ਼ਾਹੀ, ਭਗਵੰਤ ਮਾਨ, ਕੇਜਰੀਵਾਲ ਔਰ ਜੋ ਅੰਦਰ ਕੰਟੈਂਟ ਆ ਕਿ ਜੀ ਇਹਨੇ ਧਾਰਮਿਕ ਜਜ਼ਬਾਤ ਕਿਸੇ ਅਮਿਤ ਜੈਨ ਦੇ ਉਹਨਾਂ ਨੂੰ ਹੋਇਆ ਵਾ, ਉਹਨਾਂ ਨੂੰ ਠੋਸ ਠੇਸ ਪਹੁੰਚੀ ਆ, ਐਂ ਤਾਂ ਫਿਰ ਜਿਹੜੀ ਬੀਬੀ ਅਤੀਸ਼ੀ ਬਣੀ ਆ ਚੀਫ ਮਿਨਿਸਟਰ ਦਿੱਲੀ ਦੀ, ਉਹ ਸ਼ਰੇਆਮ ਕਹਿ ਰਹੀ ਆ, ਉਹ ਭਗਵਾਨ ਰਾਮ ਅਤੇ ਲਕਸ਼ਮਣ ਜੀ ਨਾਲ ਤੁਲਨਾ ਕਰ ਰਹੀ ਆ ਇਹਦੀ ਕੇਜਰੀਵਾਲ ਦੀ, ਕਿ ਉਹ ਬਨਵਾਸ ਕੱਟ ਗਿਆ ਇਹਨੇ 4-5 ਮਹੀਨੇ ਦਾ ਜੇਲ੍ਹ ਵਿੱਚ। ਜੇ ਧਾਰਮਿਕ ਆਗੂਆਂ ਨਾਲ ਤੁਲਨਾ ਕਰਨਾ ਗੁਨਾਹ ਸੀ, ਪਹਿਲੀ ਗੱਲ ਤਾਂ ਕੀਤੀ ਨਹੀਂ ਮਲਵਿੰਦਰ ਸਿੰਘ ਮਾਲੀ ਨੇ, ਤਾਂ ਫਿਰ ਅਤੀਸ਼ੀ 'ਤੇ ਵੀ ਪਰਚਾ ਦਰਜ ਹੋਣਾ ਚਾਹੀਦਾ। ਔਰ ਅਗਲੀ ਗੱਲ, ਉੱਧਰ ਦਿੱਲੀ ਵਿੱਚ ਬਹੁਤ ਸ਼ੋਰ ਮਚਾ ਰਹੇ ਨੇ ਕੇਜਰੀਵਾਲ ਪਾਰਟੀ ਕਿ ਸਾਡੇ ਨਾਲ BJP ਤਾਨਾਸ਼ਾਹੀ ਕਰ ਰਹੀ ਆ, CBI ਅਤੇ ED ਦਾ ਦੁਰਉਪਯੋਗ ਕਰ ਰਹੀ ਆ, ਧੱਕਾ ਕਰ ਰਹੀ ਆ। ਉਹਦੇ ਨਾਲੋਂ ਵੱਧ ਵਿਜੀਲੈਂਸ ਦਾ ਅਤੇ ਪੰਜਾਬ ਪੁਲਿਸ ਦਾ ਦੁਰਉਪਯੋਗ ਪੰਜਾਬ ਦੇ ਵਿੱਚ ਹੋ ਰਿਹਾ। ਕੋਈ ਕਿਹੜਾ ਦੱਸੋ ਕਿਹੜਾ ਬਖਸ਼ਿਆ ਵਾ ਓਪੋਜੀਸ਼ਨ ਦਾ? ਸਾਰੇ ਓਪੋਜੀਸ਼ਨ ਨੂੰ ਧਮਕਾਇਆ, ਖੈਰੇ ਅਤੇ NDPS ਦਾ ਪਰਚਾ ਦਰਜ ਕੀਤਾ। ਫਿਰ ਵਾਰੀ ਆ ਗਈ ਐਕਟੀਵਿਸਟ ਭਾਨੇ ਵਰਗਿਆਂ ਦੀ, ਫਿਰ ਵਾਰੀ ਆ ਗਈ ਮਲਵਿੰਦਰ ਸਿੰਘ ਮਾਲੀ ਦੀ, ਕਦੀ ਅਲਕਾ ਲਾਂਬਾ ਦੇ ਟਵੀਟ ਕਰਨ ਦਾ ਪਰਚਾ, ਕਦੀ ਕੋਈ ਬੱਗਾ ਚੱਕਣ ਚੱਲ ਜਾਂਦੇ ਨੇ ਦਿੱਲੀ ਵਿੱਚ, ਕਦੀ ਕੋਈ ਨੁਕਲ ਹੈਗਾ ਯੂਟਿਊਬਰ ਜੰਮੂ ਉੱਥੇ ਪੁਲਿਸ ਚੱਲ ਜਾਂਦੀ ਆ। ਕੀ ਇਹਨਾਂ ਦੇ ਵਿੱਚ ਤਾਂ BJP ਦੇ ਜਿਹੜਾ ਕਾਰਜਸ਼ੈਲੀ ਆ ਤਾਨਾਸ਼ਾਹੀ ਦਾ, ਇਹ ਮੈਂ ਕੇਜਰੀਵਾਲ ਸਾਹਿਬ ਨੂੰ ਪੁੱਛਣਾ ਚਾਹੁੰਦਾ। ਤੁਸੀਂ 5-5 ਸਵਾਲ ਪੁੱਛਦੇ ਹੋ ਮੋਹਨ ਭਗਤ ਨੂੰ, ਤੁਸੀਂ ਸਾਡੇ ਸਵਾਲ ਦਾ ਜਵਾਬ ਦਿਓ ਕਿ ਤੁਹਾਡੇ ਅਤੇ ਮੋਦੀ ਵਿੱਚ ਫਰਕ ਕੀ ਆ BJP 'ਚ? ਕਿਉਂਕਿ ਉਹਦੇ ਨਾਲ ਵੱਧ ਤਾਨਾਸ਼ਾਹੀ ਪੰਜਾਬ ਤੁਸੀਂ ਮਚਾਈ, NSA ਕਿਉਂ ਲਈ ਆ ਭਾਈ ਅੰਮ੍ਰਿਤਪਾਲ ਦੇ ਉੱਤੇ? ਪੰਜਾਬ ਦਾ ਮੁੱਖ ਮੰਤਰੀ ਹੋਵੇ ਅਤੇ NSA ਲਾਵੇ ਪੰਜਾਬ ਦੇ ਨੌਜਵਾਨਾਂ 'ਤੇ, ਅਤੇ ਉਹਨਾਂ ਨੂੰ ਆਸਾਮ ਦੀਆਂ ਦਿਬੜੂਗੜ੍ਹ ਜੇਲ੍ਹਾਂ ਵਿੱਚ ਭੇਜ ਦੇਵੇ? ਇੱਥੋਂ ਸਾਬਤ ਹੋ ਗਿਆ ਕਿ ਇਹ BJP ਦਾ ਟਾਊਟ ਵਜੋਂ ਕੰਮ ਕਰ ਰਿਹਾ ਹੈ, ਉਹਨਾਂ ਦੇ ਇਸ਼ਾਰਿਆਂ ਦੇ ਉੱਤੇ ਕਰ ਰਿਹਾ ਵਾ। ਇਹ BJP ਅਤੇ ਆਮ ਆਦਮੀ ਪਾਰਟੀ ਇੱਕੋ ਥੈਲੀ ਦੇ ਚੱਟੇ 'ਤੇ ਫੱਟੇ ਨੇ, ਇਸ ਕਰਕੇ ਇਹ ਸੰਘਰਸ਼ ਵਿੱਢਣਾ ਪਿਆ। ਮੈਂ ਬੜਾ ਰਿਣੀ ਹਾਂ ਪਿਆਰੇ ਲਾਲ ਗਰਗ ਜੀ ਦਾ, ਬੁੱਧੀਜੀਵੀ ਵਰਗ ਦਾ, ਕਿਸਾਨ ਜਥੇਬੰਦੀਆਂ ਦਾ, ਡਾਕਟਰ ਦਰਸ਼ਨਪਾਲ ਦਾ, ਰੁਲਦਵਾਸ ਸਿੰਘ ਅੱਜ ਆਏ ਸੀਗੇ, ਰਾਜੇਵਾਲ ਸਾਹਿਬ ਦਾ, ਸਾਰੀਆਂ ਜਥੇਬੰਦੀਆਂ ਜਿਨ੍ਹਾਂ ਨੇ ਕੌਲ ਦਿੱਤੀ ਹੈ। ਔਰ ਅਸੀਂ ਇਹਦੇ ਨਾਲੋਂ ਵੱਧ ਜਿਹੜਾ ਇਹਨਾਂ ਦੀ ਸਪੋਰਟ ਅਗਲੇ ਆਉਣ ਵਾਲੇ ਪ੍ਰੋਗਰਾਮ ਜਿਹੜਾ ਵੀ ਲਿਖਣਗੇ ਕਰਾਂਗੇ ਜੀ। ਇਹ ਬੜਾ ਅੱਛਾ, ਮੈਂ ਹੈਰਾਨ ਹਾਂ ਕਿ ਤੁਸੀਂ ਦੇਖੋ ਹਸ਼ਰ ਕੀ ਹੋ ਰਿਹਾ ਭਗਵੰਤ ਤਾਨਾਸ਼ਾਹ ਦਾ। ਅੱਜ ਇਕੱਲਾ ਲੰਮਾ ਪਿਆ ਹੋਇਆ ਉੱਥੇ ਫੋਰਟਿਸ ਹੋਸਪਿਟਲ ਵਿੱਚ, ਜਿਹੜੇ ਕੇਜਰੀਵਾਲ ਦੇ ਮਗਰ ਮਗਰ ਜਾ ਕੇ ਗੋਡੀਆਂ ਹੱਥ ਲਾਉਂਦਾ, ਪੈਰ ਛੂੰਦਾ ਸੀਗਾ, ਇੱਕ ਟਵੀਟ ਵੀ ਨਹੀਂ ਕੀਤਾ ਉਸਨੇ ਕਿ ਸਾਡਾ ਮੁੱਖ ਮੰਤਰੀ ਬਿਮਾਰ ਆ, 3 ਦਿਨ ਦਾ ਅੰਦਰ ਆ, ਸਿਹਤ ਯਾਫਤਾ ਹੋ ਜਾਏ। ਕਿਸੇ ਮੰਤਰੀ ਨੇ ਨਹੀਂ, ਕਿਸੇ ਸਸੋਡੀਆਂ ਨੇ ਨਹੀਂ, ਕਿਸੇ ਅਤੀਸ਼ੀ ਨੇ ਨਹੀਂ, 92 'ਚੋਂ ਕਿਸੇ MLA ਨੇ ਉਹਦਾ ਹਾਲ ਨਹੀਂ ਪੁੱਛਿਆ। ਇੱਥੋਂ ਤੁਸੀਂ ਲਾ ਲਓ ਕਿ ਕਿੰਨੀ ਤਾਨਾਸ਼ਾਹ ਪਾਰਟੀ ਆ। ਔਰ ਮੈਨੂੰ ਲੱਗਦਾ ਕਿ ਭਗਵੰਤ ਦੀ ਦਿਨ ਥੋੜ੍ਹੇ ਦਿਨ ਨੇ, ਅਸੀਂ ਉਹਦੀ ਸਿਹਤ ਲਈ ਤਾਂ ਕਾਮਨਾ ਮੈਂ ਪਹਿਲਾਂ ਵੀ ਕੀਤੀ, ਅੱਜ ਵੀ ਕਰ ਦਿੰਦਾ ਵਾਂ, ਪਰੰਤੂ ਮੇਰੀ ਗੱਲ ਸੁਣੋ, ਪਰੰਤੂ 1 ਮਿੰਟ, ਇਹਦਾ ਹਸ਼ਰ ਜਿਹੜਾ ਕਰਮ ਆ ਨਾ, ਜੋ ਕਰੋਗੇ ਉਹ ਤੁਹਾਨੂੰ ਭੁਗਤਣਾ ਪੈਂਦਾ ਵਾ, ਜੋ ਬੀਜੋਗੇ ਉਹ ਵੱਢੋਗੇ, ਇਹਨਾਂ ਨਾਲ ਇਹੀ ਹੋਣਾ ਅਲਟੀਮੇਟਲੀ। ਜਿੱਦਣ ਕੁਰਸੀ ਤੋਂ ਲੱਥ ਗਿਆ ਇਹਨੂੰ, ਪੰਜਾਬ ਦੇ ਵਿੱਚ ਕਿਸੇ ਨੇ ਚਾਹ ਦਾ ਕੱਪ ਨਹੀਂ ਪਿਲਾਉਣਾ। ਇਹ ਤਾਂ ਦੇਖੋ ਉਹਨਾਂ ਦਾ ਅੰਦਰੂਨੀ ਪਾਰਟੀ ਦਾ ਮਾਮਲਾ ਵਾ। ਭਗਵੰਤ, ਵੈਸੇ ਮੈਂ ਤੁਹਾਨੂੰ ਦੱਸ ਦਿੰਦਾ, ਮੇਰਾ ਉਹ ਵਿਰੋਧੀ ਆ ਭਗਵੰਤ, ਪਰ ਵੋਟ ਭਗਵੰਤ ਮਾਨ ਦੇ ਮੂੰਹ ਨੂੰ ਲਈ ਆ ਕੇਜਰੀਵਾਲ ਪਾਰਟੀ ਨੇ, ਅਤੇ ਭਗਵੰਤ ਮਾਨ ਨੂੰ ਇੱਦਾਂ ਚੱਲਦਾ ਕਰਕੇ ਲਾ ਕੇ ਕਿਸੇ ਹੋਰ ਨੂੰ ਬਣਾਉਣਗੇ, ਸਾਨੂੰ ਤਾਂ ਕੋਈ ਇਤਰਾਜ਼ ਨਹੀਂਗਾ। ਅੱਗੇ ਨਾਲੋਂ ਵੀ ਇਹਨਾਂ ਦਾ ਗ੍ਰਾਫ ਡਿੱਗੇਗਾ, ਕਿਉਂਕਿ ਉਹ ਹੋਰ ਵੀ ਵੱਡੇ ਗੁਲਾਮ ਨੇ ਕੇਜਰੀਵਾਲ ਦੇ। ਭਗਵੰਤ ਤਾਂ ਮਾੜਾ ਜਿਹਾ ਕਿਤੇ ਦਾਰੂ ਪੀ ਕੇ
ਆਵਾਜ਼ ਕੱਢ ਲੈਂਦਾ ਸੀਗਾ। ਇਹਨਾਂ 'ਚੋਂ ਵੀ ਜਾਨ ਨਹੀਂ ਗੀ, ਇਹਨਾਂ 'ਚੋਂ ਜਾਨ ਨਹੀਂ, ਮਾਇੰਡ ਯੂ ਦੇ ਵਿਲ ਬੀ ਜਸਟ ਸਾਈਨਿੰਗ ਔਨ ਦ ਡੋਟਡ ਲਾਈਨਸ ਆਫ ਕੇਜਰੀਵਾਲ। ਜੋ ਲਿਖ ਕੇ ਉੱਥੋਂ ਇੱਕ ਹੁਕਮ ਭੇਜਿਆ ਗਿਆ ਨੰਬਰ 2 ਅਤਿਸ਼ੀ ਬਣੇਗਾ, ਜਿਹੜਾ ਮਰਜ਼ੀ ਬਣਾ ਲੈਣੇ। ਸੁਖਪਾਲ ਜੀ, ਯੂਨੀਵਰਸਿਟੀ ਦਾ ਮਸਲਾ ਕਾਫੀ ਦਿਨਾਂ ਤੋਂ ਭਖ ਰਹੇਗਾ, ਲੜਕੀਆਂ ਦੇ ਹੋਸਟਲ ਦੇ ਵਿੱਚ ਵਾਈਸ ਚਾਂਸਲਰ ਗਏ ਨੇ, ਉਸ ਨੂੰ ਕਿਵੇਂ ਦੇ? ਦੇਖੋ, ਅਸੀਂ ਤਾਂ ਹਰ ਗੱਲ ਦੇ ਜਿਨ੍ਹਾਂ ਨਾਲ ਅਨਿਆਏ ਹੁੰਦਾ ਅਸੀਂ ਉਹਦੇ ਮੁਦਈ ਹਾਂ, ਉਹਨਾਂ ਨੂੰ ਲੜਕੀਆਂ ਨੂੰ ਇਨਸਾਫ ਮਿਲਣਾ ਚਾਹੀਦਾ। ਇੱਕ ਰਾਤ 11 ਵਜੇ ਭਰਤੀ ਹੋਈ ਹੈ ਮਹਿੰਦਰਾ ਕਾਲਜ ਦੇ ਵਿੱਚ, 11:40 ਤੇ ਸ਼ਨੀਵਾਰ ਔਰ ਐਤਵਾਰ ਨੂੰ ਭਰਤੀ ਕਰੀ ਜਾਈਏ। ਟੀਚਰ ਬੜੇ ਕਹਿ ਰਹੇ ਵੀ ਤੁਹਾਡੇ ਨਾਲ ਧੱਕਾ ਹੋ ਰਿਹਾ, ਸਰਕਾਰ ਕਿਹੜੇ? ਦੇਖੋ, ਇੱਕ ਧੱਕਾ ਇੱਕ ਪਾਸੇ ਥੋੜਾ ਹੋ ਰਿਹਾ, ਤੁਹਾਨੂੰ ਕਿੰਨੇ ਕੇਸ ਗਿਣਾਏ ਨੇ ਜਿੱਥੇ ਅਨਿਆਇ ਤੇ ਧੱਕਾ ਹੋ ਰਿਹਾ। ਇਹ ਸਰਕਾਰ ਜਿਹੜੀ ਆ, ਇਹਨਾਂ ਨੇ ਭਗਵੰਤ ਸ਼ਹੀਦ ਭਗਤ ਸਿੰਘ ਔਰ ਬਾਬਾ ਸਾਹਿਬ ਅੰਬੇਦਕਰ ਦੀਆਂ ਫੋਟੋਆਂ ਐਵੇਂ ਟੰਗੀਆਂ ਹੋਈਆਂ, ਇਹਨਾਂ ਨੂੰ ਆਪ ਨੂੰ ਪਤਾ ਵਾ ਕੇਜਰੀਵਾਲ ਜਿਹੜਾ ਪੰਜਾਬ ਦੇ ਵਿੱਚ ਐਡਾ ਜ਼ੁਲਮ ਢਵਾ ਰਿਹਾ ਵਾ ਲੋਕਾਂ ਦੇ ਉੱਤੇ, ਉਹਨੂੰ ਆਪ ਨਹੀਂ ਪਤਾ ਕਿ ਮੈਂ ਸ਼ਹੀਦ ਭਗਤ ਸਿੰਘ ਦੀ ਫਲਸਫੇ ਦੇ ਖਿਲਾਫ ਕੰਮ ਕਰ ਰਿਹਾ। ਇਸ ਕਰਕੇ ਜਿਹਨਾਂ ਜਿਹਨਾਂ ਲੋਕਾਂ ਦੇ ਨਾਲ ਅਨਿਆਏ ਕਰ ਰਿਹਾ ਇਹ ਮਿੱਥ ਕੇ ਕਰ ਰਹੇ ਨੇ। ਇਹਨਾਂ ਨੂੰ ਪਤਾ ਵਾ ਕਿ ਮੁੜ ਕੇ ਸਾਨੂੰ ਪੰਜਾਬ ਨੇ ਕੋਈ ਮੌਕਾ ਨਹੀਂ ਦੇਣਾ। ਪਾਰਲੀਮੈਂਟ ਵਿੱਚ ਇਹਨਾਂ ਦਾ ਦੁਰਦਿਸ਼ਾ ਹੋ ਚੁੱਕੀ, 10 ਸੀਟਾਂ ਤੋਂ ਹਰਾਤਾ, ਔਰ ਆਉਣ ਵਾਲੇ ਦਿਨਾਂ 'ਚ ਇਹਨਾਂ ਦਾ ਗ੍ਰਾਫ ਜਿਹੜਾ ਹੋਰ ਵੀ ਬੜਾ ਜ਼ਬਰਦਸਤੀ ਨਾਲ ਡਿੱਗ ਗਿਆ। ਪੰਚਾਇਤੀ ਚੋਣਾਂ ਥੋੜੋ ਨੇ, ਉਹ ਤਾਂ ਰੇਪ ਹੈ ਡੈਮੋਕ੍ਰੇਸੀ ਦਾ, ਬਲਾਤਕਾਰ ਨਹੀਂ ਹੁੰਦਾ। ਪਰਸੋਂ ਲੋਕ ਕਾਗਜ਼ ਭਰਨ ਜਾ ਰਹੇ ਨੇ ਅਤੇ ਉਹਨਾਂ ਕੋਲ ਲਿਸਟਾਂ ਹੈ ਨਹੀਂ ਗੀਆਂ ਵਾਰਡਬੰਦੀ ਦੀਆਂ, ਇਕੱਲੇ ਮੇਰੇ ਹਲਕੇ ਭਰਾ 'ਚ ਨਹੀਂ, ਸਾਰੇ ਪੰਜਾਬ ਦੇ ਵਿੱਚ ਨਾਮਜ਼ਦਗੀ ਕਿੱਦਾਂ ਭਰਨਗੇ, ਵੋਟਰ ਸੂਚੀ ਹੈ ਨਹੀਂ ਗੀ। ਫਿਰ ਲੋਕਾਂ ਨੂੰ ਚੁੱਲ੍ਹਾ ਟੈਕਸ ਦੀ ਰਸੀਦ ਨਹੀਂ ਦਿੱਤੀ ਜਾ ਰਹੀ, ਫਿਰ ਉਹਨਾਂ ਨੂੰ ਕੋਈ ਠੇਕਾ ਜਮ੍ਹਾਂ ਕਰਾਉਣਾ ਉਹਦੀ ਰਸੀਦ ਨਹੀਂ ਦਿੱਤੀ ਜਾ ਰਹੀ, ਔਰ ਇੰਨੇ ਵਾਰਡਬੰਦੀ ਗਲਤ ਕੀਤੀ ਆ। ਇੱਕ ਘਰ ਨੂੰ 4 ਵਾਰਡਾਂ 'ਚ ਵੰਡਤਾ, ਇੱਕ ਘਰ ਨੂੰ ਟਪਾ ਕੇ 25 ਘਰ ਉੱਧਰਲੇ ਪਾਸੇ ਪਾ ਦਿੱਤਾ, ਨਾ ਤਾਂ ਇਹਨਾਂ ਦੇ ਕੋਲ ਪਿੰਡਾਂ 'ਚ ਬੰਦੇ ਨੇ, ਔਰ ਇਹ ਸਾਰੀਆਂ ਦੂਜੀਆਂ ਪਾਰਟੀਆਂ ਦੇ ਬੰਦਿਆਂ ਨੂੰ ਡਰਾ ਕੇ ਧਮਕਾ ਕੇ ਲਾਲਚ ਦੇ ਕੇ ਆਪਣੇ ਨਾਲ ਰਹੇ। ਲਾਸਟ ਤੁਸੀਂ ਦੱਸੋ ਮੈਨੂੰ, ਜੇ ਸਾਲ ਪੰਚਾਇਤ ਦੀ ਚੋਣ ਨਹੀਂ ਹੋਈ ਤਾਂ 15 ਅਕਤੂਬਰ ਨੂੰ ਕਿਉਂ ਕਰਾਈ ਆ? ਪਰ ਜਿਹੜਾ ਝੋਨੇ ਦਾ ਵਾਢੀ ਦਾ ਸੀਜ਼ਨ ਆ, ਸਾਰਾ ਸਾਲ ਛੱਡ ਕੇ ਵਿਹਲੇ ਬੈਠੇ ਸੀਗੇ, ਭਗਵੰਤ ਵੀ ਵਿਹਲਾ ਬੈਠਾ ਸੀਗਾ, ਅਤੇ ਹੁਣ ਉਹਨਾਂ ਨੇ ਚੋਣਾਂ ਕਰਾਤੀਆਂ, ਇਹ ਬਹੁਤ ਗਲਤ ਗੱਲ ਹੋਈ ਆ। ਹਲੇ ਵੀ ਟਾਈਮ ਆ ਰਾਜ ਜਿਹੜਾ ਚੋਣ ਕਮਿਸ਼ਨਰਾਂ ਨੂੰ ਇਹ ਪੋਸਟਪੋਨ ਕਰਕੇ ਘੱਟੋ ਘੱਟ ਇਹਨੂੰ 1 ਮਹੀਨਾ ਅੱਗੇ ਨਵੰਬਰ 'ਚ ਲੈ ਕੇ ਜਾਣਾ ਚਾਹੀਦਾ, ਤਾਂ ਕਿ ਲੋਕ ਕਣਕ ਦੀ ਬਿਜਾਈ ਕਰ ਸਕਣ। ਇਹ ਤਾਂ ਜੀ ਅੱਜ ਦਾ ਥੋੜੋ ਸਟੈਂਡ ਆ, ਇਹ ਤਾਂ ਸਾਰੀ ਦੁਨੀਆਂ ਨੂੰ ਪਤਾ ਵਾ ਕਿ ਹਰ ਸਟੇਟ ਆਪਣੇ ਅਧਿਕਾਰ ਦੀ ਲੜਾਈ ਲੜਦੀ, ਲੜ ਲੈਣ ਦਿਓ ਉਹਨਾਂ ਨੂੰ, ਜੇ ਨਾ ਪਹਿਲਾਂ ਜਾਣ ਦਿੱਤਾ ਤਾਂ ਨਾ ਗਾਂ ਜਾਣ ਦੇਵਾਂਗੇ, ਕਿਸੇ ਦੇ ਕਹਿਣ ਨਾਲ ਤਾਂ ਨਹੀਂ ਪਾਣੀ ਚੱਲੇ ਜਾਵੇਗਾ। ਇਟ ਇਜ਼ ਪੰਜਾਬ ਲੀਡਰਸ਼ਿਪ, ਪੰਜਾਬ ਦੀ ਵਿਧਾਨ ਸਭਾ ਜਿਹਨਾਂ ਨੇ ਹਿਫਾਜ਼ਤ ਕਰਨੀ। ਪਰ ਯਾਦ ਰਹੇ ਕਿ ਜੇ ਇੱਦਾਂ ਦੇ ਰਹਿ ਗਏ 79 ਜਿਹੜੇ 92 MLA ਚੁਣੇ ਨੇ ਜਿਨ੍ਹਾਂ 'ਚ ਆ ਧਰਨੇ 'ਚ ਆਉਣ ਦੀ ਕਿਸੇ ਦੀ ਹਿੰਮਤ ਨਹੀਂ ਸੀਗੀ, ਤਾਂ ਫਿਰ ਮੈਂ ਸਮਝਦਾ ਪੰਜਾਬ ਦਾ ਪਾਣੀ ਤੇ ਪੰਜਾਬ ਦਾ ਭਵਿੱਖ ਵੀ ਖਤਰੇ 'ਚ। ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਦੈਨਿਕ ਸਵੇਰਾ TV, ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ ਵਟਸਐਪ ਚੈਨਲ ਪਰ।